ਕਾਮਰੇਡ ਲਾਣਾ ਸਿੱਧੇ ਸ਼ਬਦ ਜੇ ਕਹੀਏ ਤਾਂ ਕਾਮਰੇਡ ਲਾਣਾ ਤੁਹਾਨੂੰ ਤੁਹਾਡੇ ਲਈ ਸ਼ਬਦ ਆਮ ਲੋਕਾਂ ਦੇ ਵੱਲੋਂ ਆਮ ਹੀ ਵਰਤਿਆ ਜਾਂਦਾ ਮੋਰਚੇ ਦੇ ਵਿੱਚ ਤੁਸੀਂ ਆਇਓ ਐਸਕੇਮ ਤੇ ਲੋਕpropto ਕਿਵੇਂ ਕਰਨਗੇ ਜਦੋਂ ਆਗੂ ਹੀ ਦੋ ਫੜ ਹੋ ਚੁੱਕੇ ਨੇ ਅੱਜ ਦੁਬਾਰਾ ਜਨਤਾ ਜੂਤ ਖੇਚਲੇ ਦੁਬਾਰਾ ਇਕੱਠੇ ਹੋ ਜਾਣਗੇ ਕਰਨਾ ਜਨਤਾ ਨਹੀਂ ਹੈ ਜਦ ਕਿ ਕੇਸਰੀ ਨਿਸ਼ਾਨ ਤੋਂ ਉਸ ਸਮੇਂ ਤਕਲੀਫ ਸੀ ਅੱਜੇ ਮੋਰਚੇ ਹੀ ਕੇਸਰੀ ਨਿਸ਼ਾਨ ਦੀ ਗਵਾਹੀ ਦੇ ਵਿੱਚ ਲੱਗਿਆ ਫਿਰ ਇੱਥੇ ਕੀ ਕਰਨਾ ਹੈ ਕਿ ਮੈਂ ਤਾਂ ਕਹਣਾ ਵੀ ਜਿਹੜਾ ਬੰਦਾ ਵਿਰੋਧੀ ਹੈ ਤੁਹਾਡਾ ਤੁਹਾਨੂੰ ਨਹੀਂ ਚੰਗਾ ਲੱਗਦਾ ਉਹਨੂੰ ਮੈਿਕ ਤੇ ਨਾ ਬੋਲਣ ਤੋਂ ਆ ਕੇ ਸੰਗਤ ਚ ਪੈਂਦਾ ਨਿਮਾਣੋ ਕੇ ਬਹਿਮਤ ਸੰਗਤ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਮੈਂ ਸੰਸਾਰਦੀਪ ਸਿੰਘ ਆ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਸੰਗਤ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਚੰਡੀਗੜ੍ਹ ਦੇ ਬਾਰਡਰਾਂ ਦੇ ਉੱਪਰ ਡਟੀ ਹੋਈ ਆ ਸਰਕਾਰ ਦੇ ਨਾਲ ਆਰਪਾਰ ਦੀ ਲੜਾਈ ਲੜਨ ਦਾ ਐਲਾਨ ਸੰਗਤਾਂ ਦੇ ਵੱਲੋਂ ਕਰ ਦਿੱਤਾ ਗਿਆ ਵੱਖ-ਵੱਖ ਜਥੇਬੰਦੀਆਂ ਦੇ ਵੱਖ-ਵੱਖ ਆਗੂ ਜਿਹੜੇ ਨੇ ਇਸ ਮੋਰਚੇ ਦਾ ਸਮਰਥਨ ਕਰਨ ਦੇ ਲਈ ਪਹੁੰਚ ਰਹੇ ਨੇ ਪੰਜਾਬ ਦੇ ਗੁਵੰਢੀ ਸੂਬੇ ਰਾਜਸਥਾਨ ਤੋਂ ਕੁਝ ਸੰਗਤ ਸਾਡੇ ਨਾਲ ਮੌਜੂਦ ਆ ਕਿਸਾਨ ਯੂਨੀਅਨ ਦੇ ਨੁਮਾਇੰਦੇ ਜਿਹੜੇ ਨੇ ਮੌਜੂਦ ਨੇ ਸੰਯੁਕਤ ਕਿਸਾਨ ਮੋਰਚੇ ਦੇ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਸ਼ਕਤੀਸ਼ਾਲੀ ਜਾਂ ਤਾਕਤਵਰ ਬਣਾਉਣ ਦੇ ਵਿੱਚ ਇਹਨਾਂ ਸੱਜਣਾ ਦਾ ਜਾਂ ਇਹਨਾਂ ਆਗੂਆਂ ਦਾ ਇੱਕ ਵੱਡਾ ਯੋਗਦਾਨ ਪਾਇਆ ਗਿਆ ਸੰਯੁਕਤ ਕਿਸਾਨ ਮੋਰਚੇ ਨੂੰ ਮਜ਼ਬੂਤ ਬਣਾਇਆ ਗਿਆ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰ ਕੀ ਨਾਮ ਰਣਜੀਤ ਸਿੰਘ ਰਾਜੂ ਰਾਜੂ ਜੀ ਕਦੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਲਈ ਲੜਾਈ ਲੜੀ ਜਾਂਦੀ ਆ ਜ਼ਮੀਨਾਂ ਦੀ ਲੜਾਈ ਲੜਦੇ ਹੁਣ ਮਾਮਾ ਦੇ ਪੁੱਤ ਘਰਾਂ ਦੇ ਵਿੱਚ ਲਿਆਉਣ ਦੇ ਲਈ ਲੜਾਈ ਲੜ ਰਹੀ ਆ ਫੇਰ ਆ ਗਏ ਮੈਦਾਨ 'ਚ ਦੇਖੋ ਹਜੇ ਤੱਕ ਸਹੀ ਮੈਨੇਜ ਅਸੀਂ ਆਜ਼ਾਦ ਨਹੀਂ ਹੋਏ ਇੰਡੀਪੈਂਡੈਂਸ ਮਿਲੀ ਆ ਯਾਨੀ ਕੀ ਵੋਟ ਪਾ ਕੇ ਸੱਤਨ ਤੱਕ ਪਹੁੰਚਣ ਦੀ ਪਾਵਰ ਮਿਲੀ ਆ ਪਰ ਆਜ਼ਾਦ ਨਹੀਂ ਫਰੀडम ਤੇ ਇੰਡੀਪੈਂਡੈਂਸ ਫਰਕ ਹੈ ਜਦੋਂ ਅਸੀਂ ਫ੍ਰੀ ਹੋ ਜਾਵਾਂਗੇ ਫ੍ਰੀ ਮਤਲਬ ਕਿਵੇਂ ਜਦੋਂ ਸਾਡੇ ਜਨ ਐਮਐਲਏ ਨੁਮਾਇੰਦਾ ਉਹ ਮੇਰਾ ਮੁਨੀਮ ਹੈ ਜਿਹਨੂੰ ਮੈਂ ਉਹਦਾ ਮਾਲਕ ਸਮਝੀ ਬੈਠਾ ਜਦੋਂ ਮੈਂ ਐਮਐਲਏ ਨੂੰ ਮੁਨੀਮ ਕਲੈਕਟਰ ਨੂੰ ਨੌਕਰ ਤੇ ਖੁਦ ਮਾਲਕ ਸਮਝਣ ਲੱਗ ਜਾਊਂਗਾ ਤੇ ਸਵਾਲ ਕਰਨ ਲੱਗ ਜਾਊਂਗਾ ਉਸ ਦਿਨ ਸਾਨੂੰ ਆ ਤਰ ਨਹੀਂ ਲਾਉਣੇ ਪੈਣਗੇ ਉਸ ਦਿਨ ਤਰਨ ਦੀ ਨਜਾਤ ਹੋ ਜਾਊਗੀ ਭਾਈ ਤੁਸੀਂ ਕਿਹਾ ਕਿ ਐਮਐਲਏ ਨੂੰ ਆਪਣਾ ਮੁਨੀਮ ਸਮਝਣ ਲੱਗ ਜਾਗਾ ਜੇਕਰ ਲੋਕ ਤੁਸੀਂ ਕਾ ਸਵਾਲ ਕਰਨ ਲੱਗ ਜਾਂਗੇ ਜੇਕਰ ਸਵਾਲ ਕਰਦੇ ਨੇ ਤਾਂ ਪਰਚੇ ਪੈ ਜਾਂਦੇ ਨੇ ਕਿੰਨੇ ਹੀ ਰਾਜਸਥਾਨ ਦੇ ਵਿੱਚ ਦੇ ਵੀ ਕਿੱਡੀਆਂ ਨੂੰ ਉਦਾਹਰਨਾਂ ਨੇ ਜਿਹੜੀਆਂ ਜਾਂ ਪੰਜਾਬ ਦੀਆਂ ਵਿੱਚ ਵੀ ਜੇਕਰ ਕੋਈ ਨੌਜਵਾਨ ਐਮਐਲਏ ਨੂੰ ਜਾਂ ਲੋਕ ਨੁਮਾਇੰਦੇ ਨੂੰ ਸਵਾਲ ਕਰਦਾ ਤਾਂ ਪਰਚੇ ਪੈ ਜਾਂਦੇ ਨੇ ਫਿਰ ਕਿੱਦਾਂ ਇਹ ਥੋਡੇ ਵਾਲਾ ਇਹ ਪਰਿਵਰਤਨ ਕਿਵੇਂ ਆਊਗਾ ਜੀ ਜੇਕਰ ਕਰਤਾਰ ਸਿੰਘ ਸਰਾਭਾ ਭਗਤ ਸਿੰਘ ਇਹ ਸੋਚ ਲੈਂਦੇ ਤਾਂ ਵੋਟ ਪਾਉਣ ਦਾ ਅਧਿਕਾਰ ਨਹੀਂ ਮਿਲਣਾ ਸੀਗਾ ਹਾਇ ਤਾਂ ਬਹੁਤ ਉਸ ਟਾਈਮ ਨਾਲ ਅਜੇ ਟਾਈਮ ਦੇਖੀ ਹੈ ਨਾ ਬੜਾ ਫਰਕ ਹੈ ਠੀਕ ਹੈ ਪਰਚੇ ਪੈਂਦੇ ਪਹਿਣਗੇ ਯਾਰ 2% ਬੰਦੇ ਲੜਨ ਵਾਲੇ ਚਾਹੀਦੇ ਆ 2% ਬੰਦੇ ਅਗਰ ਫ੍ਰੀ ਹੋ ਜਾਣ ਨਾ ਤੇ ਅਸੀਂ ਨੇਹਰੀਆਂ ਲਿਆ ਦਾਂਗੇ ਤੇ ਨਾਲੇ ਦੁਨੀਆ ਦਾ ਸਭ ਤੋਂ ਵੱਡਾ ਡਿਕਟੇਟਰ ਤੇ ਆਪਦੇ ਆਪ ਨੂੰ ਸਭ ਦੀ ਵੱਡੀ ਪਾਰਟੀ ਦਾਮ ਪਰ ਨਰਿੰਦਰ ਮੋਦੀ ਅਗਰ 100% ਉਹਨੂੰ ਚੁਕਾ ਸਕਦੇ ਆ ਤੇ ਦੁਬਾਰਾ ਘਰ ਚੁਕਾਇਆ ਜਾ ਸਕਦਾ ਸਾਡਾ ਹੱਕ ਹੈ ਅਸੀਂ ਹੱਕ ਲੈ ਕੇ ਰਵਾਂਗੇ ਜਿਹੜੀ ਗੱਲ ਕੀਤੀ ਦੁਬਾਰਾ ਮੁੱਦੇ ਤੇ ਆਵਾਂ ਵੀ ਸਵਾਲ ਕਰਨ ਦੀ ਦੇਖੋ ਸਿਖਤ ਕਿਸਾਨ ਮੋਰਚਾ ਤੋਂ ਬਾਅਦ ਸਾਡੇ ਅਸ਼ੋਕ ਗਿਆਲੋਤ ਮੁੱਖ ਮੰਤਰੀ ਆਇਆ ਇੱਕ ਸਿੰਪਲ ਬੁੜੀ ਨੇ ਉੱਥੇ ਕਿਨੂੰ ਕਲਰ ਫੜੇ ਕਿਆ ਵੀ ਪਰਚਾ ਲੀਕ ਹੋਇਆ ਸਾਡੇ ਜਵਾਬ ਪੜੇ ਸੀਗੇ ਇਹ ਇਤੋਂ ਪਹਿਲਾਂ ਨਹੀਂ ਕਿਹਾ ਸੀ ਕੀ ਇਹ ਪਰਵਰਤਨ ਆ ਰਿਹਾ ਯਾਰ ਆਜ਼ਾਦੀ ਆਏਗੀ ਭਾਈ ਥੋੜਾ ਜਿਹਾ ਮੈਂ ਇਸ ਮੁੱਦੇ ਤੋਂ ਬਾਹਰ ਜਾਣਾ ਰਾਜਸਥਾਨ ਤੋਂ ਤੁਸੀਂ ਆਏ ਹੋ ਪਹਿਲਾਂ ਸੰਗਤ ਜਾਣਨਾ ਚਾਹਾਂਗੇ ਕਿ ਕਿਹੜੀ ਜਥੇਬੰਦੀ ਦੇ ਵੱਲੋਂ ਆਏ ਹੋ ਤੇ ਕਿੰਨੇ ਨੁਮਾਇंदे ਜਿਹੜੇ ਨੇ ਕਿਸ ਤਰ੍ਹਾਂ ਦੀ ਸਪੋਰਟ ਕਰਨ ਦੇ ਸਮੋਰਚੇ ਦੇ ਵਿੱਚ ਆਏ ਪਹਿਲੀ ਗੱਲ ਤਾਂ ਅਸੀਂ ਐਜ਼ ਦੇ ਰਾਜਸਥਾਨ ਤੋਂ ਸੰਗਤ ਚੱਲ ਕੇ ਆਏ ਹਾਂ ਕਿਉਂਕਿ ਮਾਨਸਿਕ ਜੱਤ ਇੱਕ ਹੀ ਪਛਾਣ ਬੋ ਉਸ ਫਲਸਫੇ ਨਾਲ ਆਏ ਆ ਜਿੱਥੇ ਬੰਦੀ ਸਾਡੀ ਹੈਗੀ ਆ ਪਰ ਇੱਥੇ ਅਸੀਂ ਜਿੱਥੇ ਬੰਦੀ ਛੱਡ ਕੇ ਤੇ ਇੱਕ ਸੰਗਤ ਉਹ ਜੁਆਏ ਆ ਤਰਕੇ ਹਾਂ ਰਾਜਸਥਾਨ ਦੀ ਗੱਲ ਕਰੀਏ ਕਿਉਂਕਿ ਪੰਜਾਬ ਦੇ ਵਿੱਚ ਤਾਂ ਕੌਮੀ ਇਨਸਾਫ ਮੋਰਚਾ ਇੱਕ ਲਹਿਰ ਬਣ ਚੁੱਕਿਆ ਘਰ ਘਰ ਦੇ ਵਿੱਚ ਆਵਾਜ਼ ਜਿਹੜੀ ਆ ਪਹੁੰਚ ਚੁੱਕੀ ਆ ਰਾਜਸਥਾਨ ਦੀ ਗੱਲ ਕਰੀਏ ਕੀ ਮਾਹੌਲ ਆ ਬੰਦੀ ਸਿੰਘਾਂ ਦੇ ਬਾਰੇ ਨੌਲੇਜ ਰਾਜਸਥਾਨ ਦੀ ਸਿੱਖ ਪਾਈਚਾਰੇ ਤੋਂ ਇਲਾਵਾ ਦੂਜੇ ਪਾਈਚਾਰਿਆਂ ਨੂੰ ਨੌਲੇਜ ਹੈ ਐਕਚੁਅਲੀ ਤੁਸੀਂ ਰਾਜਸਥਾਨ ਜਾ ਕੇ ਦੇਖੋ ਨਾ ਰਾਜਸਥਾਨ ਦੇ ਦੋ ਜ਼ਿਲ੍ਹੇ ਗੰਗਨਰ ਤੇ ਹਰਮਾਨਗੜ੍ਹ ਮਿੱਨੀ ਪੰਜਾਬ ਜਦੋਂ ਮਹਾਪੰਚਾਇਤ ਕਰੀਦੇ ਉਦੋਂ ਪੱਗਾਂ ਪੱਗਾਂ ਦਿਖਦੀਆਂ ਹੈਗੀਆਂ ਪਰ ਅਸੀਂ ਇਸ ਮੋਰਚੇ ਨੂੰ ਬਹੁਤ ਵੱਡਾ ਲਿਆਣਾ ਚਾਹੁੰਦੇ ਆ ਦੇਖੋ ਬੰਦੀ ਸਿੰਘ ਜਿਹੜੇ ਅੰਦਰ ਬੰਦ ਹੈਗੇ ਆ ਉਹ ਵੀ ਸਾਡਾ ਦਿਲ ਦੇ ਟੁਕੜੇ ਆ ਸਾਡਾ ਦਰਦ ਆ ਉਹਦੇ ਨਾਲ ਨਾਲ ਜਿੰਸਦੀਰ ਕੱਪਨ ਵਰਗੇ ਹੈਗੇ ਆ ਗੋਸਵਾਲੇ ਵਰਗੇ ਹੈਗੇ ਆ ਹੋਰ ਬਹੁਤ ਸਾਰੇ ਪੱਤਰਕਾਰ ਬੁੱਧੀਜੀਵੀ ਜਿਹੜੇ ਹੈਗੇ ਆ ਫੜ ਕੇ ਅੰਦਰ ਰੱਖੇ ਆ ਜਿਹੜੇ ਆਮ ਜਨਤਾ ਦਾ ਦਿਮਾਗ ਆ ਅਸੀਂ ਪੂਰੇ ਦੇਸ਼ ਨੂੰ ਇਹ ਦੱਸਣਾ ਚਾਹੁੰਦੇ ਆ ਵੀ ਬੰਦੀ ਸਿੰਘ ਦੇ ਨਾਲ ਨਾਲ ਉਹ ਵੀ ਰਿਹਾ ਕਰਾਉਣੇ ਆਪਾਂ ਉਹ ਆਪਣੇ ਬੱਚੇ ਆ ਉਹ ਜਦੋਂ ਸੁਮੱਚਤਾ ਨੂੰ ਲੈ ਕੇ ਆਵਾਂਗੇ ਜਿਵੇਂ ਸਿੱਖਤ ਕਿਸਾਨ ਮੋਰਚਾ ਇਹਦੇ ਬੈਨਰ ਥੱਲੇ ਪੂਰਾ ਦੇਸ਼ ਇਕੱਠਾ ਹੋਇਆ ਸੀਗਾ ਉਵੇਂ ਹੀ ਕੌਮੀ ਇਨਸਾਫ ਮੋਰਚਾ ਇੱਕ ਕੌਮਾਂ ਨੂੰ ਇਕੱਠਾ ਕਰਨ ਦਾ ਮੋਰਚਾ ਹੈ ਅਸੀਂ ਲੋਕਾਂ ਨੂੰ ਗੱਲ ਸਮਝਾਉਣੀ ਆ ਕਿ ਕੌਮਾਂ ਨੂੰ ਇਕੱਠਾ ਕਰਨ ਦਾ ਮੋਰਚਾ ਕੌਮਾਂ ਦਾ ਇਨਸਾਫ ਲੈਣ ਦਾ ਮੋਰਚਾ ਸਾਰੇ ਵਾਸਤੇ ਇਨਸਾਫ ਲਾਵਾ ਕਿ ਬਿਲਕੁਲ ਟਾਈਮ ਲੱਗੇਗਾ ਬਿਲਕੁਲ ਭਾਈ ਪਾਈ ਗੁਰਦੀਪ ਸਿੰਘ ਖੇੜਾ ਦੋ ਮਹੀਨੇ ਦੀ ਪੈਰੋਲ ਤੇ ਆਉਂਦੇ ਨੇ 30 32 ਸਾਲ ਤੋਂ ਲਗਾਤਾਰ ਕੈਦ ਸੀ ਪੈਰੋਲ ਤੇ ਆਉਂਦੇ ਨੇ ਉਹਨਾਂ ਦੇ ਵੱਲੋਂ ਵੀ ਇਹੀ ਸੁਨੇਹਾ ਦਿੱਤਾ ਜਾਂਦਾ ਕਿ ਧਰਮਾਂ ਦੇ ਆਧਾਰ ਤੇ ਲੜਾਈ ਨਾ ਲੜੀ ਜਾਵੇ ਹੱਕਾਂ ਦੀ ਲੜਾਈ ਜਿਹੜੀ ਆ ਹਰ ਕਿਸੇ ਦੇ ਲਈ ਲੜੀ ਜਾਵੇ ਉਹੀ ਡਿਮਾਂਡ ਤੁਸੀਂ ਕਰ ਰਹੇ ਹੋ ਬਿਲਕੁਲ 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 ਸਾਨੂੰ ਧਰਮਾਂ 'ਚ ਵੰਡਤਾ ਸਾਨੂੰ ਜਾਤੀਆਂ 'ਚ ਵੰਡਤਾ ਸਾਨੂੰ ਇਹਨਾਂ ਨੇ ਆਪਣੇ ਲਾਈਨਾਂ ਚ ਵੰਡਤਾ ਹੋਇਆ ਰਾਜਸਥਾਨ ਆ ਪੰਜਾਬ ਹਰਿਆਣਾ ਹਿਮਾਚਲ ਮੈਂ ਕਹਿੰਦਾ ਜਿੰਨੀਆਂ ਲਾਈਨਾਂ ਟੁੱਟਣਗੀਆਂ ਜਿੰਨੇ ਅਸੀਂ ਕੌਮਾਂ ਇਕੱਠੀਆਂ ਹੋਣਗੀਆਂ ਓਨਾ ਹੀ ਦਿੱਲੀ ਕੰਬੂਗੀ ਓਨੇ ਚੰਡੀਗੜ ਕੰਬੂਗਾ ਓਨੇ ਜੈਪੁਰ ਕੰਬੂਗਾ ਗਰੰਟੀ ਵਾਲੀ ਗੱਲ ਹੈ ਪੰਜਾਬ ਰਾਜਸਥਾਨ ਦੇ ਦੋ ਜਲੇ ਤੇ ਹਰਿਆਣਾ ਤੇ ਹਿਮਾਚਲ ਇਕੱਠੇ ਹੋ ਜਾਣ ਇੱਕ ਚੀਕ ਮਾਰੇ ਦਿੱਲੀ ਕੰਬਣ ਲੱਗ ਜੂਗੀ ਅਸੀਂ ਪੰਜਾਬ ਸੂਬੇ ਤੋਂ ਸੂਬੀ ਕਰ ਲਈ ਐਡੀ ਸਾਡੀ ਅਸੀਂ ਤਾਕਤ ਘਟਾ ਲਈ ਆ ਆਪਦੀ ਸਾਨੂੰ ਦੁਬਾਰਾ ਇਕੱਠੇ ਹੋਣਾ ਪੈਣਾ ਹਾਂਜੀ ਬਾਈ ਤੁਸੀਂ ਕਿਹਾ ਦਿੱਲੀ ਕੰਬੂਗੀ ਜੈਪੁਰ ਕੰਬੂਗਾ ਮਹੀਨੇ ਤੋਂ ਜ਼ਿਆਦਾ ਹੋ ਚੁੱਕਿਆ ਤਕਰੀਬਨ ਡੇਢ ਮਹੀਨਾ ਹੋਣ ਨੂੰ ਐਸ ਮੋਰਚੇ ਦਾ ਹਾਲੇ ਤੱਕ ਸਰਕਾਰ ਦੇ ਵੱਲੋਂ ਇੱਕ ਵੀ ਜਿਹੜਾ ਮੀਟਿੰਗ ਦਾ ਸੱਦਾ ਨਹੀਂ ਆਇਆ ਸਰਕਾਰ ਕੰਬਣਾ ਦਾ ਦੂਰ ਦੀ ਗੱਲ ਸਰਕਾਰ ਨੂੰ ਕੁਝ ਪਤਾ ਵੀ ਨਹੀਂ ਲੱਗ ਰਿਹਾ ਕਿ ਇਹ ਮੋਰਚਾ ਲੱਗਿਆ ਹੋਇਆ ਕਿੱਦਾਂ ਜਿੱਤਾਂਗੇ ਜੀ ਤੁਹਾਨੂੰ ਲੱਗਦਾ ਵੀ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ ਤੁਸੀਂ ਸੋਚਿਆ ਸੀ ਕਦੀ ਵੀ ਇੱਕ ਦਿਨ ਮੋਦੀ ਅਚਾਨਕ ਪ੍ਰਗਟ ਹੋਗੇ ਤਾਂ ਮਾਫੀ ਮੰਗ ਕੇ ਕਾਨੂੰਨ ਆਪਸ ਲੋਕਾਂ ਕੋਲ ਕੋਈ ਮੀਟਿੰਗ ਹੋਈ ਸੀ ਕੋਈ ਨੇ ਹੋਈ ਨਾ ਤਾਜ਼ਾ ਉਦਾਰ ਸਾਡੇ ਕੋਲ ਯਾਰ ਪ੍ਰਵਾਹ ਕਰਦੀ ਆ ਹੌਸਲਾ ਬਣਾ ਕੇ ਰੱਖਣਾ ਠਰਮਾ ਬਣਾ ਕੇ ਰੱਖਣਾ ਪੈਨਿਕ ਹੋਣਾ ਨਹੀਂ ਗਿਆ ਜਿੱਤਾਂ ਕੇ ਜਰੂਰ 100% ਪਹਿਲੀ ਗੱਲ ਦੂਜੀ ਗੱਲ ਜਿੱਦਨ ਅਸੀਂ ਚੱਲ ਕੇ ਸਿੱਖਤ ਕਿਸਾਨ ਮੋਰਚਾ ਦਿੱਲੀ ਗਿਆ ਸੀਗਾ ਦਿੱਲੀ ਜਾਣ ਤੋਂ ਪਹਿਲਾਂ ਪਤਾ ਸੀਗਾ ਕਿ ਘੱਟੋ ਘੱਟ 4-5 ਮਹੀਨੇ ਲੱਗਣਗੇ ਇਸ ਅੰਦੋਲਨ ਨੂੰ ਪੂਰੇ ਦੇਸ਼ ਫੈਲਾਉਣ ਵਾਸਤੇ ਕਿਉਂਕਿ ਅੰਦੋਲਨ ਸਿੱਕੇ ਪੰਜਾਬ ਹਰਿਆਣਾ ਚ ਤੇ ਰਾਜਸਥਾਨ ਦੋ ਜਿਲ੍ਹਿਆਂ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਤੇ ਦੋ ਜਿਲ੍ਹਿਆਂ ਚ ਅੰਦੋਲਨ ਨੂੰ ਕੱਢ ਕੇ ਪੂਰੇ ਦੇਸ਼ ਲੈ ਜਾਂਦੇ ਨੇ ਕਿ ਤਿੰਨ ਚਾਰ ਮਹੀਨੇ ਤੇ ਉਵੇਂ ਯਾਰ ਇਹ ਪੰਜਾਬ ਤੋਂ ਸ਼ੁਰੂ ਹੋਇਆ ਦਿੱਲੀ ਤੋਂ ਸ਼ੁਰੂ ਨਹੀਂ ਹੋਇਆ ਹੈ ਇੰਟਰਨੈਸ਼ਨਲ ਮੀਡੀਆ ਕਵਰੇਜ ਨਹੀਂ ਕਰ ਰਿਹਾ ਹੈਗਾ ਇਸ ਨੂੰ ਟਾਈਮ ਲੱਗੇਗਾ ਵੀਰੇ ਠਰਮਾ ਸਬਰ ਅਬ ਜਿਤਾਊਗਾ لازਮੀ ਅਸੀਂ ਆ ਚੱਲ ਕੇ ਆਏ ਨਾ ਰਾਜਸਥਾਨ ਤੋਂ ਪਹਿਲੇ ਹਰਿਆਣਾ ਚੱਲ ਕੇ ਆਏ ਸੀਗੇ ਦਿੱਤਕਾ ਸਭ ਯੂਪੀ ਚੱਲ ਕੇ ਆਏ ਆ ਆਏ ਹਿਮਾਚਲ ਹਿਮਾਚਲ ਆਏ ਨਾ ਆਏ ਹੌਲੀ ਹੌਲੀ ਵਦ ਦੇ ਬਿਲਕੁਲ ਵਦ ਦੇ ਆ ਅੱਛਾ ਭਾਈ ਸੰਯੁਕਤ ਕਿਸਾਨ ਮੋਰਚਾ ਖੜਾ ਕਰਨ ਦੇ ਵਿੱਚ ਹਮ ਭੂਮਿਕਾ ਤੁਹਾਡੇ ਵੱਲੋਂ ਨਿਭਾਈ ਗਈ ਇੱਕ ਜਥੇਬੰਦੀਆਂ ਜਿਹੜੀਆਂ ਨੇ ਕੀਤੀਆਂ ਗਈਆਂ ਪਰ ਸਮੇਂ ਦੇ ਨਾਲ ਸੰਯੁਕਤ ਕਿਸਾਨ ਮੋਰਚਾ ਵੀ ਇਕੱਠਾ ਨਹੀਂ ਰਹਿ ਪਾਇਆ ਤਰਸ ਤੀਕਾ ਸੇ ਕਿਵੇਂ ਦੇਖਦੇ ਹੋ ਇਹੀ ਮੈਂ ਸਵਾਲ ਕਰਦਾ ਸੀ ਕਿ ਇੱਕ ਸਮੇਂ ਦਾ ਸਭ ਤੋਂ ਵੱਡਾ ਪ੍ਰੈਸ਼ਰ ਗਰੁੱਪ ਆਪਣੇ ਆਪਣੇ ਧੜਿਆਂ ਦੇ ਵਿੱਚ ਦੁਬਾਰਾ ਵੰਡਿਆ ਗਿਆ। ਰਾਜਨੀਤੀ ਬਹੁਤ ਹੀ ਭੈੜੀ ਤੇ ਗੰਦੀ ਸੀ ਜੀ। ਠੀਕ ਹੈ ਨਾ ਹਜੇ ਜੇ ਮੈਂ ਪਹਿਲਾਂ ਜੇ ਗੱਲ ਆਕੀ ਸੀਗੀ ਹਜੇ ਤੱਕ ਅਸੀਂ ਇੰਡੀਪੈਂਡੈਂਟ ਹੋਏ ਆਜ਼ਾਦ ਨਹੀਂ ਹੋਏ। ਸਾਡੇ ਜਿਹੜੇ ਲੋਕਾਂ ਨੂੰ ਕਿਤਨਾ ਕਿਤੇ ਹਜੇ ਵੀ ਇਹ ਲੱਗਦਾ ਵੀ ਮੈਂ ਕਿਸੇ ਮੰਤਰੀ ਨਾਲ ਸੰਤਾਨ ਬਣਾ ਕੇ ਰੱਖਾਂ ਤਾਂ ਮੇਰੀ ਪਾਰ ਪੈ ਜਾਊਗੀ। ਮੇਨ ਸਾਡਾ ਕਾਰਨ ਇਹ ਹੈ ਜਦਕਿ ਅਸੀਂ ਹਮੇਸ਼ਾ ਕਹਿੰਦੇ ਹੁੰਨੇ ਆਂ ਵੀ ਤੁਹਾਡਾ ਨਾ ਕੋਈ ਮੰਤਰੀ ਪਾਰ ਪਾਵੇ ਨਾ ਕਿ ਐਮਐਲਏ ਪਾਰ ਪਾਵੇ ਤੁਹਾਡੀ ਪਾਰ ਤੁਸੀਂ ਆਪ ਪਾਉਣੀ ਆ ਤੁਹਾਡੇ ਭਰਾਵਾਂ ਨੇ ਪਾਉਣੀ ਆ ਤੁਹਾਡੇ ਗਰੁੱਪ ਨੇ ਪਾਉਣੀ ਆ ਤੁਹਾਡੀ ਜਥੇਬੰਦੀ ਨੇ ਪਾਉਣੀ ਆ ਕੀ ਆ ਪਰ ਫਿਰ ਵੀ ਕਿਤਨਾ ਕਿਤੇ ਇਤਰਾਸਦੀ ਹੈ ਹਜੇ ਸਾਡੇ ਵਿੱਚ ਸੱਤਾ ਦਾ ਲੋਭ ਵੀ ਹੈਗਾ ਕੁਝ ਲਾਲਚਵੰਚ ਵੀ ਹੈਗਾ ਬਹੁਤ ਕੋਸ਼ਿਸ਼ ਯਾਨੀ ਕੀ ਬਦਲਾ ਜਿਹੜਾ ਸਾਡਾ ਮੈਂ ਐਕਚੁਅਲੀ ਦੱਸਦਾ ਕਿ ਜਦੋਂ ਗੁਰੂ ਨਾਨਕ ਦੇਵ ਜੀ ਨੂੰ ਕੀ ਆਖਿਆ ਸੀਗਾ ਗੁਰੂ ਨਾਨਕ ਦੇਵ ਜੀ ਨੇ ਆਖਿਆ ਸੀ ਬ੍ਰਾਹਮਣ ਬਾਤ ਤੋਂ ਵਾਜਿਆ ਆਪਣੇ ਘਰੇ ਬ੍ਰਾਹਮਣ ਵੱਧ ਦੁਆਰਾ ਵੜ ਗਿਆ ਹੈ ਅਸੀਂ ਗੰਡ ਮੂਲ ਪੈਂਸਕਾ ਬਨਾ ਬਿਆਨ ਰੱਖਦੇ ਸਵਾਇਤ ਬਨਾ ਤੁਰਦੇ ਨਹੀਂਗੇ ਜਿਹੜਾ ਵੀ ਕੰਮ ਕਰਨਾ ਪਰ ਜਿਹੜੇ ਕੰਮ ਤੋਂ ਸਾਨੂੰ ਗੁਰੂ ਨਾਨਕ ਜੀ ਰੋਕ ਕੇ ਗਏ ਆ ਦੁਬਾਰਾ ਉਸ ਲਾਈਨ ਤੇ ਚੱਲਾਂਗੇ ਤੇ ਦੁਬਾਰਾ ਉਸ ਨੂੰ ਬਦਲਾਵਨ ਟਾਈਮ ਤੇ ਲੱਗੇਗਾ ਨਾ ਐਸਕੇਮ ਦੇ ਆਗੂਆਂ ਦੇ ਵੱਲੋਂ ਹੀ ਬਿਆਨ ਇੱਕ ਦੂਜੇ ਦੇ ਖਿਲਾਫ ਦੇਣੇ ਸ਼ੁਰੂ ਕਰ ਦਿੱਤੇ ਗਏ ਨੇ ਉਹੀ ਗੱਲ ਆ ਗਈ ਸਭ ਤੋਂ ਵੱਡੀ ਪ੍ਰੈਸ਼ਰ ਗਰੁੱਪ ਜਿਹੜਾ ਹੈ ਆਗੂ ਹੀ ਇੱਕ ਦੂਜੇ ਦੇ ਉੱਪਰ ਜਿਹੜੇ ਨੇ ਸਵਾਲ ਖੜੇ ਕਰ ਰਹੇ ਨੇ ਕਦੇ ਆਗੂ ਕਹਿ ਦਿੰਦਾ ਜੀ ਇਹ ਤਾਂ ਫਲਾਣੇ ਦੇ ਲੀਡਰ ਦੇ ਨਾਲ दारूਆ ਪੀਂਦੇ ਰਹੇ ਨੇ ਉਹਨਾਂ ਦੀ ਵਾਈਫ ਜਿਹੜੀ ਆ ਪੈਗ ਬਣਾਉਂਦੀ ਰਹੀ ਆ ਇਸ ਤਰ੍ਹਾਂ ਦੇ ਸਵਾਲ ਫਿਰ ਬਾਈ ਮੋਰਚੇ ਦੇ ਵਿੱਚ ਤੁਸੀਂ ਆਇਓ ਐਸਕੇਮ ਤੇ ਲੋਕਪ੍ਰੋਸਾ ਕਿਵੇਂ ਕਰਨਗੇ ਜਦੋਂ ਆਗੂ ਹੀ ਦੋ ਫੜ ਹੋ ਚੁੱਕੇ ਨੇ ਪਹਿਲਾਂ ਵੀ ਨਾ ਲੋਕਾਂ ਦੇ ਡਰ ਦੇ ਮਾਰੇ ਇਕੱਠੇ ਹੋਏ ਸੀ ਮੰਨਦੇ ਹੋ ਗੱਲ ਮੈਂ ਤਾਂ ਜਨਤਕ ਬੋਲ ਲਈ ਵੀ ਵਾਰੀ ਗੱਲ ਐ ਮੈਂ ਤਾਂ ਯੂਪੀ ਦੇ ਇੱਕ ਬਹੁਤ ਵੱਡਾ ਲੀਡਰ ਸੀਗਾ ਉਹ ਐਸਕੇਮ ਬਣਾਉਣ ਦੇ ਵਿੱਚ ਕੋਈ ਦਿੱਕਤਾਂ ਪੈਦਾ ਕਰ ਰਹੇ ਸੀਗੇ ਤੇ ਬਈ ਅਸੀਂ ਕਾਲ ਦਿੱਤੀ ਆ ਸਾਡਾ ਜਥੇਬੰਦੀ ਦੇ 250 ਸਗਟਰਾਂ ਦੀ ਬਹੁਤ ਵੱਡੀ ਜਥੇਬੰਦੀ ਮੈਂ ਕਿਹਾ ਸਰ ਮੈਂ ਤਾਂ ਬਿਆਨ ਦੇ ਦੇਣਾ ਬਾਹਰ ਨਿਕਲ ਗਿਆ ਕੋਈ ਕਾਲ ਪਾਦੀਆਂ ਵੀ ਕਿਸਾਨ ਚਾਹੁੰਦੇ ਆ ਵੀ ਦੇਸ਼ ਦੀ ਜਥੇਬੰਦੀ ਇਕੱਠੀਆਂ ਹੋਣ ਪਰ ਤੁਸੀਂ ਨਹੀਂ ਚਾਹੁੰਦੇ ਫਿਰ ਉਹ ਮੁਰਕਾ ਆ ਗਿਆ ਉਸ ਤੋਂ ਬਾਅਦ ਤੁਸੀਂ ਕੁਰਕਸ਼ਤਰ ਮੀਟਿੰਗ ਰੱਖੀ ਸੀ ਕੁਰਕਸ਼ਤਰ ਮੀਟਿੰਗ ਵਿੱਚ ਮੇਰੇ ਘੱਟੋ ਘੱਟ 2 ਘੰਟੇ ਲੜਾਈ ਹੋਈ ਮੇਰੀ ਇਸ ਗੱਲ ਵਿੱਚ ਸੀ ਫਿਰ ਤਾਂ ਕਿਸੇ ਕਿਸ ਤਰ੍ਹਾਂ ਕਿਸਾਨ ਮੋਰਚਾ ਬਣਿਆ ਸੋ ਕਹੋ ਕੀ ਬੋਲਣ ਗਿਆ ਕਿ ਮੈਂ ਵਿੱਚ ਬੋਲਿਆ ਸੀਗਾ ਵੀ ਅੱਜ ਇਕੱਠੇ ਆ ਤੇ ਜਨਤਾ ਦੇ ਪ੍ਰੈਸਰ ਵਾਲੇ ਇਕੱਠੇ ਆ ਅੱਜ ਦੁਬਾਰਾ ਜਨਤਾ ਜੂਤ ਖੇਚਲੇ ਦੁਬਾਰਾ ਇਕੱਠੇ ਹੋ ਜਾਣਗੇ ਕਰਨਾ ਜਨਤਾ ਨਹੀਂ ਆ ਬਾਈ ਫੇਰ ਉਹੀ ਗੱਲ ਆ ਜਾਂਦੀ ਆ ਮੈਂ ਹੁਣ ਇਸ ਇੰਟਰਵਿਊ ਦੇ ਸਮਾਪਤੀ ਵੱਲ ਜਾਣਾ ਚਾਹੁੰਦਾ ਹਰੀਆਂ ਦਸਤਾਰਾਂ ਜਦੋਂ ਤੁਹਾਡੇ ਸਿਰ ਤੇ ਦੇਖ ਲੈਂਦੇ ਨੇ ਤਾਂ ਸ਼ੰਕਾ ਦੀ ਨਿਗਾਹ ਦੇ ਨਾਲ ਦੇਖਿਆ ਜਾਂਦਾ ਕਿ ਯਾਰ ਜਿੱਡੀ ਵੱਡੀ ਜਿੱਤ ਦਿੱਲੀ ਦੇ ਵਿੱਚ ਚਾਹੀਦੀ ਸੀ ਉਨੀ ਵੱਡੀ ਸਾਨੂੰ ਨਹੀਂ ਮਿਲ ਪਾਈ ਜੇ ਹੁਣ ਇੱਕ ਆਮ ਇਨਸਾਨ ਮੋਰਚੇ ਦੇ ਵਿੱਚ ਵੀ ਇਹ ਲੋਕ ਵੜ ਗਏ ਤਾਂ ਸਾਨੂੰ ਵੇਚ ਦੇਣਗੇ ਇੱਕ ਕਾਮਰੇਡ ਲਾਣਾ ਸਿੱਧੇ ਸ਼ਬਦ ਇਹ ਕਹੀਏ ਤਾਂ ਕਾਮਰੇਡ ਲਾਣਾ ਤੁਹਾਨੂੰ ਤੁਹਾਡੇ ਲਈ ਸ਼ਬਦ ਆਮ ਲੋਕਾਂ ਦੇ ਵੱਲੋਂ ਆਮ ਹੀ ਵਰਤੇ ਆ ਜਾਂਦਾ ਦੇਖੋ ਦਿੱਲੀ ਦਾ ਮੋਰਚਾ ਨਾ ਤੋਂ ਵੇਚ ਸਕਿਆ ਨਾ ਵੇਚਿਆ ਉਹਦੀ ਖੂਬਸੂਰਤੀ ਕੀ ਸੀ ਕਿ ਉਹਦੀ ਖੂਬਸੂਰਤੀ ਇਹ ਸੀ ਉਹਦਾ ਲੀਡਰ ਬੰਦਾ ਨੇ ਸੀ ਉਹਦਾ ਲੀਡਰਸ਼ਿਪ ਕਿਸਾਨ ਮੋਰਚਾ ਸੀਗਾ ਕੋਈ ਵੀ ਲੀਡਰ ਸਰਕਾਰ ਨਾਲ ਗੱਲ ਕਰ ਲੇ ਪਰ ਤੇ ਪਾਰ ਨਹੀਂ ਪੈਂਦੀ ਸੀ ਇਹ ਲਿਆ ਕੇ ਹਾਊਸ ਤੇ ਗੱਲ ਰੱਖਣੀ ਪੈਂਦੀ ਸੀ ਕਿ ਹਾਊਸ ਪਾਸ ਕਰਦਾ ਸੀਗਾ ਤੇ ਉਹ ਗੱਲ ਮੰਨੀ ਜਾਂਦੀ ਸੀ ਉਹੀ ਖੂਬਸੂਰਤੀ ਇਸ ਮੋਰਚੇ ਦੀ ਆ ਇਹਦਾ ਲੀਡਰ ਕੋਈ ਨਹੀਂ ਗਿਆ ਇਹਦੇ ਲੀਡਰ ਕਮੇਟੀ ਆ ਜਦੋਂ ਬਹੁਤ ਤਾਤ ਬੰਦੇ ਇਹਨੂੰ ਲੀਡ ਕਰਦੇ ਆ ਤੇ ਜਨਤਾ ਦੀ ਨਜ਼ਰ ਹੁੰਦੀ ਆ ਉਹ ਵੇਖ ਨਹੀਂ ਸਕਦਾ ਨਾ ਐਸਕੇਮ ਵੀ ਕਿਹਾ ਸੀਗਾ ਨਾ ਹੰਦਲਨ ਵੀ ਕਿਹਾ ਸੀਗਾ ਨਾ ਹੰਦਲਨ ਵੀ ਕਿ ਹਾਂ ਹਰੀਪਗ ਦੇ ਅਸ਼ੰਕਾ ਜੀ ਤੁਹਾਨੂੰ ਗੱਲ ਕਰਦੇ ਹਾਂ ਬਿਲਕੁਲ ਜੋ ਸਾਡੇ ਆਗੂਆਂ ਵੱਲੋਂ ਇੱਕ ਦੇ ਬਿਆਨਬਾਜ਼ੀ ਨਹੀਂ ਹੋਣੀ ਚਾਹੀਦੀ ਸੀਗੀ ਤੜ ਤੋਂ ਗਲਤੀ ਹੋਈ ਆ ਅੰਦਰ ਬੈਠੇ ਗੱਲ ਕਰ ਲੋ ਜਨਤਕ ਨਹੀਂ ਕਰਨੀ ਚਾਹੀਦੀ ਪਰ ਸਾਡੇ ਵਿੱਚ ਥੋੜਾ ਜਿਆ ਠਰਮਾ ਕੱਟ ਹਰੇਕ ਬੰਦਾ ਮੈਂ ਸੱਚਾ ਮੈਂ ਸੱਚਾ ਪਰ ਇਹ ਫੈਸਲਾ ਜਨਤਾ ਨਹੀਂ ਕਰ ਰਹਾ ਸੱਚਾ ਕਹੋਣਾ ਮੇਰਾ ਕੀ ਹੈ ਮੇਰਾ ਫੈਸਲਾ ਦਿੱਤਾ ਮੇਰਾ ਸਰਟੀਫਿਕੇਟ ਮੈਂ ਨਹੀਂ ਦੇ ਸਕਦਾ ਮੇਰਾ ਸਰਟੀਫਿਕੇਟ ਤੁਸੀਂ ਦਿਓ ਮੈਂ ਮੈਂ ਇਹ ਕਿਉਂ ਸਵਾਲ ਕੀਤਾ ਕਿਉਂਕਿ ਸਾਡੀ ਨੌਜਵਾਨਾਂ ਦੇ ਨਾਲ ਗੱਲਬਾਤ ਹੁੰਦੀ ਆ ਤਾਂ ਕਹਿੰਦੇ ਕਿ ਜਦੋਂ 26 ਜਨਵਰੀ ਨੂੰ ਲਾਲ ਕਲੇ ਤੇ ਕੇਸਰੀ ਨਿਸ਼ਾਨ ਚੁਲਾਏ ਜਾਂਦੇ ਨੇ ਤਾਂ ਕੁਝ ਆਗੂਆਂ ਦੇ ਵੱਲੋਂ ਮਰਦਾਬਾਦ ਦੇ ਨਾਰੇ ਨੌਜਵਾਨ ਆਗੂਆਂ ਦੇ ਖਿਲਾਫ ਜੜਨੇ ਲਗਾਏ ਜਾਂਦੇ ਨੇ ਦੀਪ ਸਿੱਧੂ ਲੱਖਾ ਸੁਧਾਨਾ ਦੀ ਮੈਂ ਗੱਲ ਕਰ ਰਿਹਾ ਕਹਿੰਦੇ ਕੇਸਰੀ ਨਿਸ਼ਾਨ ਤੋਂ ਉਸ ਸਮੇਂ ਤਕਲੀਫ ਸੀ ਅੱਜੇ ਮੋਰਚੇ ਕੇਸਰੀ ਨਿਸ਼ਾਨ ਦੇਖੋ ਇਹ ਮੋਰਚਾ ਕਿਸਾਨੀ ਦਾ ਸੀ ਇਹ ਮੋਰਚਾ ਉਹ ਜਮੈਂ ਪਹਿਲਾਂ ਗੱਲ ਚੁੱਕਿਆ ਚੁੱਕਿਆ ਇਹ ਕੌਮੀ ਇਨਸਾਫ ਮੋਰਚੇ ਨੂੰ ਅਸੀਂ ਕੌਮੀ ਇਕਤਾ ਮੋਰਚਾ ਬਣਾਉਣਾ ਹੈ ਜੇ ਜਿੰਨਾ ਤਾਂ ਸਾਨੂੰ ਉਹਦੇ ਵਿੱਚ ਸਾਰੇ ਚੰਡੇ ਲਿਆਉਣੇ ਪੈਣਗੇ ਕਿਉਂਕਿ ਸਾਡਾ ਛੋਟਾ ਮੁਕਾਬਲਾ ਨਹੀਂਗਾ ਪਰ ਜੇ ਫਿਰ ਆਪਾਂ ਆਹ ਗੱਲ ਕਰ ਵਿਤਕ੍ਰਿਯ ਲਈ ਗੱਲ ਕਰਾਂਗੇ ਨਾ ਆਪਣਾ ਭਾਈਚਾਰਕ ਸਾਂਝ ਬਣਾਉਣੀ ਹੈ ਯਾਰ ਸਾਡਾ ਨਾਹਰਾ ਸੀਗਾ ਸਾਡਾ ਹੱਕ ਇੱਥੇ ਤੱਕ ਸਾਡਾ ਭਾਈਚਾਰ ਜਿੰਦਾਬਾਦ ਸਾਡਾ ਭਾਈਚਾਰ ਕੈਮਰੇ ਮੈਂ ਮੈਂ ਸ਼ੁਰੂਆਤ ਇਹ ਤੋਂ ਕੀਤੀ ਕੌਮੀ ਇਨਸਾਫ ਮੋਰਚੇ ਨੂੰ ਕੌਮੀ ਇਕਤਾ ਮੋਰਚਾ ਬਣਾਵਾਂਗੇ ਫਿਰ ਜਿੱਤਾਂਗੇ ਵੀ ਅਸੀਂ ਇਸ ਗੱਲ ਤੇ ਲੈ ਕੇ ਆਈ ਆਪਾਂ ਨਾ ਕਿ 26 ਜਨਵਰੀ ਲੈ ਕੇ ਆਈ ਦੇਖੋ ਸਮੇਂ-ਸਮੇਂ ਤੇ ਬੰਦਾ ਕੰਮ ਦਾ ਸਵਾਲ ਸੀ ਸਰ ਮੈਂ ਤਾਂ ਕਰਕੇ ਸਵਾਲ ਜਿਹੜਾ ਕਿ ਕੰਮ ਕਰੂਗਾ ਗਲਤੀ ਵੀ ਉਹ ਬੰਦੇ ਤੋਂ ਬਾਕੀ ਮੈਂ ਤਾਂ ਕਹਣਾ ਵੀ ਜਿਹੜਾ ਬੰਦਾ ਵਿਰੋਧੀ ਹੈ ਤੁਹਾਡਾ ਤਾਨੂੰ ਨਹੀਂ ਚੰਗਾ ਲੱਗਦਾ ਉਹਨੂੰ ਮਾਈਕ ਤੇ ਨਾ ਬੋਲਣ ਤੋਂ ਆ ਕੇ ਸੰਗਤ ਚ ਬਹਿਂਦਾ ਨਾ ਮਾੜਾ ਕਿ ਬਹਿਂਦਾ ਸੰਗਤ ਵਿੱਚ ਅਸੀਂ ਤਾਂ ਸਾਡੇ ਮੋਰਚੇ ਤੇ ਸੀਗਾ ਅਸੀਂ ਸਾਡੇ ਲੀਡਰ ਆਉਂਦੇ ਸੀਗੇ ਕਈ 23 ਤਾਨੂੰ ਰੋਕਦੇ ਸੀ ਲੀਡਰਾਂ ਨੂੰ ਅਸੀਂ ਮਾਈਕ ਨਹੀਂ ਦਿੰਦੇ ਸੀ ਲੀਡਰ ਨੂੰ ਆ ਕੇ ਬਹਿ ਜਾਂਦੇ ਬਠਰ ਐਮ ਐਲ ਏ ਆਜ ਐਮ ਪੀ ਆ ਸਾਡੇ ਵਿੱਚ ਬਠਰਨਦਾ ਸੀਗਾ ਅਸੀਂ ਮਾੜਾ ਥੋੜੀ ਕਰਨਾ ਕਿਉਂਦਾ ਯਾਰ ਆਇਆ ਚੱਲ ਕੇ ਧੰਨ ਭਾਗ ਤੂੰ ਬੈਠਾ ਆਖਦੇ ਨੇ ਪਰ ਚੌਧਰ ਨਹੀਂ ਕਰਦੇ ਨਹੀਂ ਲੀਡਰੀ ਕਰੂਗਾ ਆਮ ਕਿਸਾਨ ਸਿੱਖਤ ਕਿਸਾਨ ਮੋਰਚਾ ਉਹੀ ਕਨਸੈਪਟ ਨੂੰ ਨਿਚਰ ਰੱਖਣਾ ਪਈਦਾ ਹੈਗਾ ਬਾਈ ਆਖਰੀ ਸਵਾਲ ਸੋ ਰਾਜਸਥਾਨ ਤੋਂ ਆਏ ਹੋ ਯੂਨੀਅਨ ਦੇ ਵੱਲੋਂ ਆਏ ਹੋ ਐਸਕੇਮ ਦੇ ਨੁਮਾਇੰਦੇ ਤੁਸੀਂ ਬਣ ਕੇ ਆਏ ਹੋ ਹਾਲਾਂਕਿ ਪਹੁੰਚ ਰਿਹਾ ਥੋਡੇ ਵੱਲੋਂ ਕਿਸ ਤਰ੍ਹਾਂ ਦਾ ਸਮਰਥਨ ਦੇਣ ਦਾ ਐਲਾਨ ਇੱਥੇ ਕੀਤਾ ਜਾਂਦਾ ਜਾਂ ਆਗੂਆਂ ਦੇ ਨਾਲ ਮੀਟਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਸਮਰਥਨ ਦੇਣ ਦਾ ਭਰੋਸਾ ਤੁਸੀਂ ਦਿਓਗੇ ਦੇਖੋ ਜਦੋਂ ਮੈਂ ਇੱਕ ਸੰਗਤ ਵੱਲੋਂ ਆਇਆ ਤੇ ਮੇਰਾ ਪੂਰਾ ਸਮਰਥਨ ਜਥੇਬੰਦੀ ਦੀ ਗੱਲ ਕਰੋਗੇ ਤੇ ਜਥੇਬੰਦੀ ਫੈਸਲਾ ਕਰੂਗੀ ਨਾ ਮੈਂ ਨਹੀਂ ਕਰ ਸਕਦਾ ਠੀਕ ਹੈ ਨਾ ਬਾਕੀ ਮਿਲਾਂਗ ਭਾਈ ਰੁਪਿੰਦਰ ਨੂੰ ਬਾਪੂ ਜੀ ਨੂੰ ਮਿਲ ਇਸ ਰਾਤ ਨੂੰ ਜਾਨੇ ਮਿਲਦੇ ਆ ਬਾਕੀ ਦਿਲੋਂ ਆ ਨਾਲ ਆ ਇਸ ਦੱਸਾਂ ਲੱਗ ਗੱਲ ਹੀ ਕੋਈ ਨਿੱਗੀ ਚੱਲ ਕੇ ਆਇਆ ਤੇ ਐਂਡ ਤੱਕ ਨਾਲ ਰਾਵਾਂਗੇ ਤੇ ਇੱਥੇ ਪੱਕਾ ਟੈਂਟ ਵੀ ਲਾਵਾਂਗੇ ਬਹੁਤ ਬਹੁਤ ਸ਼ੁਕਰੀਆ ਜੈ ਕਿਸਾਨ ਜੈ ਜਵਾਨ ਜੈ ਜਨਤਾ ਜੈ ਸੰਦਰਸ਼ ਸੋ ਰਾਜਸਥਾਨ ਤੋਂ ਸੰਗਤ ਪਹੁੰਚਦੀ ਆ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜਿਹੜੇ ਨੇ ਪਹੁੰਚਦੇ ਨੇ ਪੂਰਨ ਤੌਰ ਦਾ ਸਮਰਥਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਤੇ ਕੌਮੀ ਏਕਤਾ ਮੋਰਚਾ ਇਸ ਕੌਮੀ ਸੰਸਾ ਮੋਰਚੇ ਨੂੰ ਬਣਾਉਣ ਦੀ ਗੱਲ ਕਹੀ ਗਈ ਹੈ ਕਿ ਚਿੰਗ ਪੂਰੇ ਦੇਸ਼ ਦੇ ਵਿੱਚ ਲਗਾਉਣੀ ਪਊਗੀ ਪੰਜਾਬ ਰਾਜਸਥਾਨ ਹਰਿਆਣਾ ਤੋਂ ਬਾਹਰ ਇਸ ਮੋਰਚੇ ਦੀ ਕਾਮਯਾਬੀ ਦੇ ਲਈ ਚਿੰਗ ਲਗਾਉਣੀ ਪਊਗੀ ਕੈਮਰਾਮੈਨ ਸਾਥੀ ਸਿੰਘਦੀਪ ਦੇ ਨਾਲ ਸੰਸਾਰਦੀਪ ਸਿੰਘ ਆਰਐਮਬੀ ਟੈਲੀਵਿਜ਼ਨ ਕਮ ਇਨਸਾ ਮੋਰਚਾ